ਅਸਲਾਮ ਵਾਲੇਕੁਮ ਦੋਸਤੋ, ਸਵਾਗਤ ਹੈ ਆਪ ਸਭ ਦਾ ਪੀਰ ਔਰ ਫਕੀਰਾਂ ਦੀ ਨਗਰੀ ਚੰਦਰ ਵਿੱਚ। ਦੋਸਤੋ, ਅੱਜ ਮੈਂ ਆਪ ਸਭ ਲਈ ਇੱਕ ਬਹੁਤ ਹੀ ਸ਼ਕਤੀਸ਼ਾਲੀ ਮਾਤਾ ਕਾਲੀ ਜੀ ਦਾ ਵਸ਼ੀਕਰਨ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ। ਬਹੁਤ ਹੀ ਸ਼ਕਤੀਸ਼ਾਲੀ ਪਾਵਰਫੁੱਲ ਇਹ ਮਾਤਾ ਕਾਲੀ ਜੀ ਦਾ ਮੰਤਰ ਹੈ। ਵਸ਼ੀਕਰਨ ਸਿਰਫ ਮਾਤਾ ਮੋਹਣੀ ਦੇ ਮੰਤਰਾਂ ਨਾਲ, ਕਲਮਿਆਂ ਨਾਲ ਨਹੀਂ ਕੀਤਾ ਜਾਂਦਾ, ਹੋਰ ਵੀ ਦੇਵੀ ਦੇਵਤਿਆਂ ਦੇ ਕਲਮਿਆਂ ਮੰਤਰਾਂ ਨਾਲ ਵਸ਼ੀਕਰਨ ਹੋ ਜਾਂਦਾ ਹੈ। ਪਰ ਜਿਹੜਾ ਅੱਜ ਤੁਹਾਨੂੰ ਮੈਂ ਮੰਤਰ ਦੱਸਾਂਗਾ ਮਾਤਾ ਕਾਲੀ ਜੀ ਦਾ, ਇਸ ਮੰਤਰ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰਚੰਡ ਵਸ਼ੀਕਰਨ ਹੁੰਦਾ ਹੈ, ਬਹੁਤ ਹੀ ਜ਼ਿਆਦਾ ਰੌਦਰ ਵਸ਼ੀਕਰਨ ਇਸ ਮੰਤਰ ਦੇ ਨਾਲ ਹੁੰਦਾ ਹੈ। ਇਸ ਵਸ਼ੀਕਰਨ ਦੀ ਕਾਢ ਕਰਨੀ ਬੜੀ ਹੀ ਔਖੀ ਹੈ। ਦੋਸਤੋ, ਇਸ ਮੰਤਰ ਦਾ ਜਾਪ ਤੁਸੀਂ ਕਿਸੇ ਵੀ ਮੰਗਲਵਾਰ ਤੋਂ ਸ਼ੁਰੂ ਕਰ ਸਕਦੇ ਹਾਂ। ਸ਼ਾਮ ਦੇ ਸਮੇਂ ਜਾਪ ਕਰਨਾ ਹੈ। ਤੁਸੀਂ ਇਸ ਮੰਤਰ ਦਾ ਜਾਪ ਸ਼ਮਸ਼ਾਨ ਘਾਟ ਵਿੱਚ ਬੈਠ ਕੇ ਕਰਨਾ ਹੈ। ਜੇਕਰ ਸ਼ਮਸ਼ਾਨ ਘਾਟ ਵਿੱਚ ਬੈਠ ਕੇ ਨਹੀਂ ਕਰ ਸਕਦੇ, ਘਰ ਹੀ ਕਰਨਾ ਹੈ, ਤਾਂ ਘਰ ਦੇ ਵਿੱਚ ਕੋਈ ਅਜਿਹਾ ਕਮਰਾ ਹੋਣਾ ਚਾਹੀਦਾ ਆ, ਬਿਲਕੁਲ ਜਿਹੜਾ ਕਿ ਕਮਰਾ ਇਕਾਂਤ ਹੋਵੇ, ਜਿੱਥੇ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ। ਉਸ ਕਮਰੇ ਵਿੱਚ ਸਿਰਫ ਤੁਸੀਂ ਹੀ ਆ ਜਾ ਸਕਦੇ ਹੋਵੋ। ਅਜਿਹਾ ਇੱਕ ਇਕਾਂਤ ਕਮਰਾ ਲੈਣਾ ਹੈ ਸਾਧਨਾ ਕਰਨ ਦੇ ਲਈ। ਜਿਸ ਤਰ੍ਹਾਂ ਦਾ ਕਮਰਾ ਘਰ ਵਿੱਚ ਨਹੀਂ ਹੈਗਾ, ਤਾਂ ਤੁਸੀਂ ਇਸ ਸਾਧਨਾ ਨੂੰ ਸ਼ਮਸ਼ਾਨ ਘਾਟ ਵਿੱਚ ਹੀ ਕਰਨਾ ਹੈ, ਜਾਂ ਫਿਰ ਤੁਸੀਂ ਕਿਸੇ ਉਜਾੜ ਜਗ੍ਹਾ 'ਤੇ ਜਾ ਕੇ, ਬਿਲਕੁਲ ਸੁੰਨਸਾਨ, ਜਿੱਥੇ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ, ਬਿਲਕੁਲ ਬੀਆਬਾਨ ਉਜਾੜ ਜਗ੍ਹਾ 'ਤੇ ਜਾ ਕੇ ਇਸ ਮੰਤਰ ਦਾ ਜਾਪ ਕਰਨਾ ਹੈ। ਚੁਰਸਤੇ ਵਿੱਚ ਬੈਠ ਕੇ ਵੀ ਇਸ ਮੰਤਰ ਦਾ ਜਾਪ ਕੀਤਾ ਜਾ ਸਕਦਾ ਹੈ, ਜਾਂ ਫਿਰ ਕੋਈ ਅਜਿਹੀ ਜਗ੍ਹਾ ਹੋਣੀ ਚਾਹੀਦੀ ਆ ਜਿੱਥੇ ਤੁਹਾਨੂੰ ਸਾਧਨਾ ਕਰਦਿਆਂ ਨੂੰ ਕੋਈ ਵੀ ਨਾ ਦੇਖੇ। ਇਸ ਤਰ੍ਹਾਂ ਦੀ ਜਗ੍ਹਾ 'ਤੇ ਤੁਸੀਂ ਜਾ ਕੇ ਮੰਤਰ ਜਪ ਕਰਨਾ ਹੈ। ਦੋਸਤੋ, ਇਹ ਸਾਧਨਾ ਦੀ ਇਹੀ ਪਾਬੰਦੀ ਆ ਕਿ ਤੁਹਾਨੂੰ ਸਾਧਨਾ ਕਰਦਿਆਂ ਕੋਈ ਵੀ ਨਾ ਦੇਖੇ। ਜੇਕਰ ਤੁਹਾਨੂੰ ਸਾਧਨਾ ਕਰਦਿਆਂ ਕਿਸੇ ਨੇ ਦੇਖ ਲਿਆ, ਤਾਂ ਤੁਹਾਡੀ ਸਿੱਧੀ ਨਹੀਂ ਹੋਵੇਗੀ, ਮੰਤਰ ਸਿੱਧ ਨਹੀਂ ਹੋਵੇਗਾ। ਜਦੋਂ ਤੁਸੀਂ ਵਸ਼ੀਕਰਨ ਕਰਨਾ ਚਾਹੁੰਦੇ ਹੋ, ਉਸਦਾ ਵਸ਼ੀਕਰਨ ਨਹੀਂ ਹੋਵੇਗਾ। ਦੋਸਤੋ, 41 ਦਿਨ ਤੁਸੀਂ ਮੰਤਰ ਜਪ ਕਰਨਾ ਹੈ। ਹਰ ਰੋਜ਼ ਸਿਰਫ 5 ਮਾਲਾ ਦਾ ਜਾਪ ਕਰਨਾ ਹੈ। ਮੰਤਰ ਬਹੁਤ ਹੀ ਛੋਟਾ ਹੈ, ਇਸ ਲਈ 5 ਮਾਲਾ ਆਰਾਮ ਦੇ ਨਾਲ ਪੌਣੇ ਘੰਟੇ ਘੰਟੇ ਵਿੱਚ ਹੋ ਜਾਣਗੀਆਂ। ਮੰਤਰ ਛੋਟਾ ਜਿਹਾ ਮੰਤਰ ਹੈ ਅਤੇ ਇਸ ਮੰਤਰ ਨੂੰ ਯਾਦ ਕਰਨਾ ਵੀ ਸੌਖਾ ਹੈ। ਇਸ ਮੰਤਰ ਨੂੰ ਚੰਗੀ ਤਰ੍ਹਾਂ ਯਾਦ ਕਰਕੇ, ਇਕੱਠ ਕਰਕੇ ਸਾਧਨਾ ਸ਼ੁਰੂ ਕਰਨੀ ਹੈ। 41 ਦਿਨ ਦੀ ਸਾਧਨਾ ਹੈ, ਬਿਲਕੁਲ ਪਾਕ ਸਾਫ 41 ਦਿਨ ਤੱਕ ਰਹਿਣਾ ਹੈ, ਬ੍ਰਹਮਚਾਰੀ ਦਾ ਪਾਲਣ ਕਰਨਾ ਹੈ। ਕੋਈ ਵੀ ਨਸ਼ੀਲੇ ਪਦਾਰਥ ਜਾਂ ਫਿਰ ਮੀਟ ਮੱਛੀ ਦਾ ਸੇਵਨ ਨਹੀਂ ਕਰਨਾ 41 ਦਿਨ ਤੱਕ। ਨਹਾ ਧੋ ਕੇ ਸਾਧਨਾ 'ਤੇ ਬੈਠਣਾ ਹੈ। ਕਾਲੇ ਰੰਗ ਦਾ ਆਸਣ ਵਿਛਾ ਕੇ, ਕਾਲੇ ਰੰਗ ਦੇ ਕੱਪੜੇ ਪਹਿਨ ਕੇ ਤੁਸੀਂ ਸਾਧਨਾ ਕਰਨੀ ਹੈ। ਸਾਧਨਾ ਕਰਨ ਤੋਂ ਪਹਿਲਾਂ ਮਾਤਾ ਕਾਲੀ ਦੀ ਪੂਜਾ ਅਰਚਨਾ ਕਰਨੀ ਹੈ। ਫੁੱਲਾਂ ਨਾਲ ਜੋ ਵੀ ਤੁਹਾਡੀ ਸ਼ਰਧਾ ਹੋਵੇ, ਭੋਗ ਪ੍ਰਸ਼ਾਦ ਦੇ ਸਕਦੇ ਹੋ। ਦੋਸਤੋ, ਜੇਕਰ ਤੁਸੀਂ ਪੂਰਾ ਵਿਧੀ ਪੂਰਵਕ ਇਸ ਮੰਤਰ ਦਾ ਜਾਪ ਕਰ ਲਿਆ, ਤਾਂ ਦੁਨੀਆਂ ਵਿੱਚ ਕੋਈ ਵੀ ਇੱਦਾਂ ਦਾ ਇਨਸਾਨ ਨਹੀਂ ਹੋਵੇਗਾ ਜਿਸ ਦਾ ਤੁਸੀਂ ਵਸ਼ੀਕਰਨ ਨਾ ਕਰ ਸਕੋ, ਕਿਉਂਕਿ ਮਾਤਾ ਕਾਲੀ ਦੀ ਸ਼ਕਤੀ ਦਾ ਤੁਹਾਨੂੰ ਸਾਰਿਆਂ ਨੂੰ ਬਖੂਬੀ ਪਤਾ ਹੈ ਕਿ ਮਾਤਾ ਕਾਲੀ ਕਿੰਨੀ ਸ਼ਕਤੀਸ਼ਾਲੀ ਦੇਵੀ ਨੇ। ਮਾਤਾ ਕਾਲੀ ਦੇ ਪ੍ਰਹਾਰ ਤੋਂ, ਵਾਰ ਤੋਂ ਕੋਈ ਨਹੀਂ ਬਚ ਸਕਦਾ।
ਇਸ ਮੰਤਰ ਨੂੰ ਜੇਕਰ ਤੁਸੀਂ ਚੰਗੀ ਤਰ੍ਹਾਂ ਸਿੱਧ ਕਰ ਲਿਆ, ਸਿੱਧੀ ਤੁਹਾਨੂੰ ਮਿਲ ਗਈ, ਤਾਂ ਦੁਨੀਆ ਦਾ ਕੋਈ ਵੀ ਸ਼ਖਸ ਐਸਾ ਨਹੀਂ ਹੋਵੇਗਾ ਜਿਸ ਦਾ ਤੁਸੀਂ ਵਸ਼ੀਕਰਨ ਨਾ ਕਰ ਸਕੋ। ਹੁਣ ਪਹਿਲਾਂ ਤੁਹਾਨੂੰ ਇਹ ਮਾਤਾ ਕਾਲੀ ਜੀ ਦਾ ਮੰਤਰ ਦੱਸਦੇ ਹਾਂ, ਉਸ ਤੋਂ ਬਾਅਦ ਦੱਸਾਂਗੇ ਕਿ ਇਸ ਮੰਤਰ ਨੂੰ ਚਲਾਉਣਾ ਕਿਵੇਂ ਹੈ, ਕਿਵੇਂ ਇਹ ਮੰਤਰ ਕੰਮ ਕਰਦਾ ਹੈ। ਹੁਣ ਤੁਸੀਂ ਇਸ ਮੰਤਰ ਨੂੰ ਸੁਣ ਲਵੋ ਅਤੇ ਨੋਟ ਕਰ ਲਵੋ। ਕੜ ਕੜ ਕਰੇ ਕਾਲਕਾ, ਭੜ ਭੜ ਕਰੇ ਮਸਾਨ, ਸ਼ੀਤਲ ਸੰਤ ਜਾਣੀਏ, ਸੁੱਤੀ ਲੈ ਜਗਾ, ਸੱਚਾ ਸਾਹਿਬ ਮੁਹੰਮਦਾ ਕੰਮ ਆਵੇ ਰਾਸ। ਇੱਕ ਵਾਰ ਮੰਤਰ ਨੂੰ ਫਿਰ ਸੁਣ ਲਵੋ। ਕੜ ਕੜ ਕਰੇ ਕਾਲਕਾ, ਭੜ ਭੜ ਕਰੇ ਮਸਾਨ, ਸ਼ੀਤਲ ਸੰਤ ਜਾਣੀਏ, ਸੁੱਤੀ ਲੈ ਜਗਾ, ਸੱਚਾ ਸਾਹਿਬ ਮੁਹੰਮਦਾ ਕੰਮ ਆਵੇ ਰਾਸ। ਦੋਸਤੋ ਇਹ ਹੈ ਮੰਤਰ। ਇਸ ਮੰਤਰ ਨੂੰ ਚੰਗੀ ਤਰ੍ਹਾਂ ਤੁਸੀਂ ਪਹਿਲਾਂ ਯਾਦ ਕਰਨਾ ਹੈ, ਕੰਠ ਕਰਨਾ ਹੈ, ਉਸ ਤੋਂ ਬਾਅਦ ਸਾਧਨਾ ਸ਼ੁਰੂ ਕਰਨੀ ਹੈ। ਜਿਸ ਦਿਨ ਤੁਸੀਂ ਮੰਤਰ ਸ਼ੁਰੂ ਕਰਨਾ ਹੈ ਜਪ ਕਰਨਾ, ਉੱਦਣ ਅਤੇ ਜਿਸ ਦਿਨ ਤੁਹਾਡਾ ਮੰਤਰ ਖਤਮ ਹੋ ਜਾਵੇਗਾ, 41ਵਾਂ ਦਿਨ ਹੋਵੇਗਾ, ਉਸ ਦਿਨ ਮਾਤਾ ਕਾਲੀ ਨੂੰ ਭੋਗ ਜ਼ਰੂਰ ਲਗਾਉਣਾ ਹੈ। ਜੋ ਵੀ ਤੁਹਾਡੀ ਸ਼ਰਧਾ ਹੋਵੇ, ਜਿੰਨਾ ਵੀ ਤੁਹਾਡੇ ਤੋਂ ਸ਼ਰਧਾ ਹੋਵੇ, ਕਿਉਂਕਿ ਭਗਵਾਨ ਭਾਵ ਦੇ ਭੁੱਖੇ ਹੁੰਦੇ ਨੇ, ਇਸ ਲਈ ਤੁਹਾਡੀ ਭਾਵਨਾ, ਤੁਹਾਡੀ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ। ਸੱਚੀ ਸ਼ਰਧਾ ਨਾਲ ਤੁਸੀਂ ਜਾਪ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਇੱਕ ਵਾਰ ਇਸ ਮੰਤਰ ਵਿੱਚ ਸਫਲਤਾ ਮਿਲ ਗਈ ਤਾਂ ਇਸ ਮੰਤਰ ਦੇ ਰਾਹੀਂ ਤੁਸੀਂ ਆਪਣਾ ਕੋਈ ਵੀ ਕੰਮ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਵਸ਼ੀਕਰਨ ਕਰ ਸਕਦੇ ਹੋ। ਹੁਣ ਜਦ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਲਿਆ, ਉਸ ਤੋਂ ਬਾਅਦ ਇਸ ਮੰਤਰ ਦਾ ਪ੍ਰਯੋਗ ਕਿਵੇਂ ਕਰਨਾ ਹੈ ਉਹ ਵੀ ਸੁਣ ਲਵੋ। ਹੁਣ ਜਦ ਤੁਸੀਂ ਕਿਸੇ ਵੀ ਔਰਤ, ਕਿਸੇ ਵੀ ਮਰਦ, ਕਿਸੇ ਵੀ ਲੜਕਾ ਜਾਂ ਫਿਰ ਕਿਸੇ ਵੀ ਲੜਕੀ ਨੂੰ ਆਪਣੇ ਵਸ਼ ਵਿੱਚ ਕਰਨਾ ਚਾਹੁੰਦੇ ਹਾਂ, ਜਾਂ ਫਿਰ ਤੁਹਾਡੇ ਕੋਲ ਕੋਈ ਆਉਂਦਾ ਹੈ, ਤੁਸੀਂ ਕਿਸੇ ਦੇ ਵਸ਼ ਵਿੱਚ ਕਰਾਉਣਾ ਚਾਹੁੰਦੇ ਹਾਂ, ਤਾਂ ਉਸ ਲਈ ਤੁਸੀਂ ਚੁਰਸਤੇ ਦੀ ਮਿੱਟੀ ਚੁੱਕਣੀ ਹੈ। ਚੁਰਸਤੇ ਦੀ ਮਿੱਟੀ ਚੱਕ ਕੇ ਉਸਨੂੰ ਹੱਥ ਵਿੱਚ ਫੜ ਕੇ ਇਸ ਮੰਤਰ ਦਾ ਜਾਪ ਕਰਨਾ ਆ। ਮੰਤਰ ਦਾ ਜਾਪ ਕਰਦਿਆਂ ਕਰਦਿਆਂ ਤੁਸੀਂ ਜਿੱਦਾਂ ਇੱਕ ਵਾਰ ਮੰਤਰ ਦਾ ਜਾਪ ਕਰ ਲਿਆ, ਉਸ ਮਿੱਟੀ 'ਤੇ ਦਮ ਕਰ ਦੇਣਾ ਹੈ, ਫੂਕ ਮਾਰ ਦੇਣੀ ਹੈ। ਦੂਸਰੀ ਵਾਰ ਮੰਤਰ ਦਾ ਜਾਪ ਕਰ ਲਿਆ, ਉਸ ਮਿੱਟੀ 'ਤੇ ਫੂਕ ਮਾਰ ਦੇਣੀ ਹੈ। ਇੱਦਾਂ ਤੁਸੀਂ 108 ਵਾਰ ਮੰਤਰ ਜਾਪ ਕਰਨਾ ਹੈ ਅਤੇ 108 ਹੀ ਤੁਸੀਂ ਉਸ ਮਿੱਟੀ 'ਤੇ, ਜਿਹੜੀ ਚੁਰਸਤੇ ਦੀ ਮਿੱਟੀ ਤੁਹਾਡੇ ਹੱਥ ਵਿੱਚ ਹੋਵੇਗੀ, ਉਸ ਮਿੱਟੀ 'ਤੇ 108 ਵਾਰ ਹੀ ਫੂਕ ਮਾਰ ਦੇਣੀ ਹੈ। ਅਤੇ ਜਿਹੜਾ ਤੁਸੀਂ ਜਾਪ ਕਰਨ ਲਈ ਮਾਲਾ ਲੈਣੀ ਹੈ, ਉਹ ਵੀ 108 ਮਣਕਿਆਂ ਦੀ ਹੀ ਹੋਣੀ ਚਾਹੀਦੀ ਹੈ। ਹਰ ਰੋਜ਼ 5 ਮਾਲਾ ਦਾ ਜਾਪ ਕਰਨਾ ਹੈ 108 ਮਣਕਿਆਂ ਵਾਲੀ ਮਾਲਾ 'ਤੇ। ਅਤੇ ਦੋਸਤੋ, ਉਹ ਜਿਹੜੀ ਮਿੱਟੀ ਹੋਵੇਗੀ ਸਿੱਧ ਕੀਤੀ ਹੋਈ, ਉਸ ਮਿੱਟੀ ਨੂੰ ਤੁਸੀਂ ਉਸ ਇਨਸਾਨ ਦੇ ਸਿਰ 'ਤੇ ਸੁੱਟ ਦੇਣਾ ਹੈ। ਥੋੜ੍ਹੀ ਜਿਹੀ ਮਿੱਟੀ ਨੂੰ ਉਸ ਇਨਸਾਨ ਦੇ ਸਿਰ 'ਤੇ ਸੁੱਟ ਦੇਣਾ ਹੈ ਜਿਹਨੂੰ ਤੁਸੀਂ ਆਪਣੇ ਵਸ਼ ਵਿੱਚ ਕਰਨਾ ਚਾਹੁੰਦੇ ਹਾਂ। ਜੇ ਤੁਹਾਡੇ ਕੋਲ ਕੋਈ ਵਸ਼ੀਕਰਨ ਕਰਾਉਣ ਲਈ ਆਇਆ ਹੈ, ਤਾਂ ਉਸ ਇਨਸਾਨ ਨੂੰ ਉਹ ਮਿੱਟੀ ਦੇ ਦੇਣੀ ਹੈ, ਤਾਂ ਕਿ ਉਹ ਅੱਗੇ ਜਿਹਨੂੰ ਵਸ਼ੀਕਰਨ ਜਿਸ ਦਾ ਕਰਨਾ ਚਾਹੁੰਦਾ ਹੋਵੇ ਉਸਦੇ ਸਿਰ 'ਤੇ ਪਾ ਦੇਵੇ। ਦੋਸਤੋ, ਇਸ ਤਰ੍ਹਾਂ ਇਹ ਮੰਤਰ ਕੰਮ ਕਰਦਾ ਹੈ। ਕੋਈ ਵੀ ਸਿੱਧੀ ਕਰਨ ਤੋਂ ਬਾਅਦ ਤੁਸੀਂ ਮਾਤਾ ਕਾਲੀ ਦਾ ਭੋਗ ਪ੍ਰਸ਼ਾਦ ਜ਼ਰੂਰ ਦੇਣਾ ਹੈ। ਅਤੇ ਸਿੱਧੀ ਕਰਨ ਵੇਲੇ ਵੀ ਤੁਸੀਂ ਜਦੋਂ ਮੰਤਰ ਜਪ ਕਰਨ ਲਈ ਬੈਠਣਾ ਹੈ, 41 ਦਿਨ ਦਾ ਚਲਾ ਕਰਨਾ ਹੈ, ਉਦੋਂ ਵੀ ਭੋਗ ਪ੍ਰਸ਼ਾਦ ਜ਼ਰੂਰ ਦੇਣਾ ਹੈ ਮਾਤਾ ਕਾਲੀ ਦਾ। ਅਤੇ ਲੋਹ ਬਾਣ ਦੀ ਧੂਣੀ ਦੇਣੀ ਹੈ ਅਤੇ 5 ਅਗਰਬੱਤੀਆਂ ਜਗਾਉਣੀਆਂ ਨੇ। ਮਾਤਾ ਕਾਲੀ ਤੁਹਾਡੇ 'ਤੇ ਕਿਰਪਾ ਕਰੇ, ਜਿਹੜਾ ਵੀ ਸਾਧਨਾ ਨੂੰ ਕਰੇ
ਉਸ ਨੂੰ ਸਫਲਤਾ ਬਖਸ਼ੇ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ, ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ, ਦੁਆ ਫਰਿਆਦ, ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।